आदाब नमस्कार ते सत श्री अकाल। मैं सलोनी सरीन थोड़ा स्वागत करती हाँ जी गल्लां विद गुलाबो हासे परे शो दे विच। गल्लां करांगे जी, मखौल करांगे, हासे पावांगे जी, पर तुसी गुस्सा नहीं करना। अज आपां इहो गल करनी है भी जदों तुसी किसे नाल मजाक करदे हो किते उहदा मजाक उड़ा ते नहीं दिंदे किते। मजाक करन ते मजाक उड़ान दे विच माड़ा जिहा फर्क हुंदा जी। ते अज तुसी मैनूं दसना है भी तुसी अपनी लाइफ दे विच खुश रहण लई की करदे हो, अपने आप नाल मजाक या किसे नाल मजाक या किसे ने तुहाडे नाल कोई मजाक कीता होए या फिर तुहानूं कोई चुटकुले आंदे ने तुसी मैनूं उह सुणा देणे ने। फोन करना जी 3472521232 ते दसना है भी तुसी ਕਿੱਦਾਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਤੁਸੀਂ ਇੰਨੀ ਟੈਨਸ਼ਨ ਭਰੀ ਜ਼ਿੰਦਗੀ ਨੂੰ ਖੁਸ਼ ਰੱਖਣ ਦੇ ਲਈ ਕੀ ਕਰਦੇ ਹੋ, ਆਪਣੇ ਟੈਨਸ਼ਨਸ ਨੂੰ ਦੂਰ ਕਰਨ ਦੇ ਲਈ ਜਾਂ ਫਿਰ ਕਿਸੇ ਨੂੰ ਹਸਾਉਣ ਵਾਸਤੇ ਕੀ ਕਰਦੇ ਹੋ। ਕਈ ਵਾਰ ਕੀ ਹੁੰਦਾ ਆ ਆਪਾਂ ਹਾਸਾ ਪਾਉਂਦੇ ਹਾਂ, ਹਾਸਾ ਪੈਂਦਾ ਨਹੀਂ ਹੈਗਾ ਤਾਂ ਵੀ ਹਾਸਾ ਆ ਜਾਂਦਾ, ਅਤੇ ਇੱਦਾਂ ਦੀਆਂ ਹਾਸੇ ਭਰੀ ਗੱਲਾਂ ਤੁਸੀਂ ਮੈਨੂੰ ਅੱਜ ਸੁਣਾਉਣੀਆਂ ਆ, ਗੁਲਾਬੋ ਨੂੰ ਸੁਣਾਉਣੀਆਂ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ ਗੁਲਾਬੋ ਜੀ? ਵਧੀਆ ਜੀ ਵਧੀਆ। ਕੌਣ ਬੋਲਦੇ? ਮੈਂ ਤਜਿੰਦਰ ਸਿੰਘ ਬੋਲ ਰਿਹਾ। ओके जी, कितों बोल रहे हो? मैं जी नॉर्थ एंजलस तो। ओके, ते मैनू ये दसो भी जिंदगी च हासा तो तुहानू पता ही आ भी बहुत जरूरी आ। हां जी, जिंदगी दे विच हासा किन्ना का अहमियत रखदा है? बहुत ज्यादा जी, सब तो ज्यादा। अगर हसोगे ही नहीं तो तुसी जिंदगी किवें जीओगे जी? मेरा तो मानना भी खुश रहना चाहिए बंदे नू, हट खुश रहना चाहिए है ना। ते तुसी किसे नू खुश रखण दे लई की करदे हो? ਮੈਂ ਜੀ ਬੱਚਿਆਂ ਨੂੰ ਜ਼ਿਆਦਾ ਬਹੁਤ ਪਿਆਰ ਨਾਲ, ਛੋਟੇ ਛੋਟੇ ਬੱਚਿਆਂ ਨੂੰ, ਬੱਚਿਆਂ ਨਾਲ ਖੇਲੀ ਦਾ ਜੀ, ਉਹਨਾਂ ਨਾਲ ਦਿਲ ਬਹੁਤ ਲੱਗਦਾ ਛੋਟੇ ਛੋਟੇ ਬੱਚਿਆਂ ਨਾਲ। ਅੱਛਾ ਅੱਛਾ ਅੱਛਾ, ਛੋਟੇ ਛੋਟੇ ਬੱਚਿਆਂ ਨੂੰ ਖੁਸ਼ ਰੱਖਣ ਦੇ ਲਈ ਉਹਨਾਂ ਨਾਲ ਖੇਡਦੇ ਹੋ। ਤੇ ਕੋਈ ਚੁਟਕਲਾ ਸੁਣਾ ਦਿਓ ਜਿਹੜਾ ਤੁਸੀਂ ਉਹਨਾਂ ਨੂੰ ਸੁਣਾਉਂਦੇ ਹੋਣੇ ਹੋ। ਚੁਟਕਲਾ ਉਹਨਾਂ ਨੂੰ ਛੇੜਦੇ ਜਾ ਜੀ। ਅੱਛਾ, ਛੇੜਦੀ ਦਾ ਆ। ਕਦੇ ਅਗਰ ਉਹ ਦੁੱਧ ਪੀ ਰਹੇ ਨੇ ਬੋਤਲ ਖੋਲੀ ਦੀ ਹੈ, ਜਾਂ ਅਗਰ ਟੋਫੀ ਕਰ ਰਹੇ ਨੇ ਟੋਫੀ ਖੋਲੀ ਦੀ ਹੈ, ਮਤਲਬ ਪੁੱਠੇ ਪੁੱਠੇ ਕੰਮ ਕਰੀ ਦਿਲ ਲਾਈ ਰੱਖਦੇ ਆ। ਤੰਗ ਕਰਦੇ ਕਰਦੇ ਉਹਨਾਂ ਨੂੰ ਖੁਸ਼ ਕਰ ਦਿੰਦੇ। ਵੈਸੇ ਬੱਚਿਆਂ ਨੂੰ ਉਹੀ ਮਸਤੀ ਮਜ਼ਾਕ ਜਿਹੜਾ ਆ ਉਹ ਖੁਸ਼ ਕਰ ਦਿੰਦਾ ਆ, ਹਨਾ ਜੀ? ਬਿਲਕੁਲ। ਤੇ ਕਦੀ ਐ ਤਾਂ ਨਹੀਂ ਹੋਇਆ ਵੀ ਤੁਸੀਂ ਕਿਸੇ ਨਾਲ ਮਜ਼ਾਕ ਕੀਤਾ ਹੋਵੇ ਤੇ ਉਹਨੇ ਗੁੱਸਾ ਕਰ ਲਿਆ ਹੋਵੇ? ਨਾ ਜੀ, ਆਪਾਂ ਇਹੋ ਜਿਹਾ ਕੁਛ ਨਹੀਂ ਕਰਦੇ ਜਿਹੜਾ ਉਹਨਾਂ ਨੂੰ ਗੁੱਸਾ ਚੜ੍ਹ ਜੇ। ਆਪਾਂ ਲਿਮਿਟ 'ਚ ਬੱਚਿਆਂ ਦੇ ਨਾਲ ਹੱਸੀਦਾ ਆ, ਹਾਂ, ਤਾਂ ਕਿ ਗੁੱਸਾ ਨਾ ਕਰਨ। ਓ, ਗੁੱਸਾ ਨਹੀਂ ਕਰਦੇ, ਤੁਹਾਡੀ ਗੱਲ ਆ, ਤੁਸੀਂ ਮਜ਼ਾਕ ਲਿਮਿਟ 'ਚ ਕਰਦੇ ਹੋ, ਹਨਾ ਜੀ? ਜੀ ਜੀ, ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਲੱਗਾ ਤੁਸੀਂ ਸਾਨੂੰ ਦੱਸਿਆ ਵੀ ਜਿਹੜਾ ਮਜ਼ਾਕ ਹੈ ਉਹ ਲਿਮਿਟ 'ਚ ਕਰਨਾ ਚਾਹੀਦਾ ਤਾਂ ਹੀ ਗੁੱਸਾ ਨਹੀਂ ਕਰਦਾ। ਹੁਣ ਮੇਰੇ ਵਰਗਾ ਬੰਦਾ ਕਿੰਨਾ ਬੋਲ ਦਿੰਦਾ ਹੈ, ਵੱਧ ਘੱਟ ਬੋਲਿਆ ਜਾਂਦਾ ਫਿਰ ਅਗਲਾ ਬੰਦਾ ਗੁੱਸਾ ਕਰ ਲੈਂਦਾ ਆ। ਤੁਸੀਂ ਵੀ ਕਦੇ ਮਜ਼ਾਕ ਕਰਦੇ ਹੋ ਕਿਸੇ ਨਾਲ? ਮੈਂ ਤਾਂ ਹੁਣ ਤੁਹਾਡੇ ਨਾਲ ਕਿੰਨਾ ਮਜ਼ਾਕ ਕਰੀਦੇ ਨੇ, ਸ਼ੋ ਦੇ ਵਿੱਚ ਆਈਦਾ, ਮਜ਼ਾਕ ਮਸਤੀ ਕਰੀਦੀ ਆ, ਕਦੀ ਮੈਂ ਗੁੱਸਾ ਕੀਤਾ? ਨਹੀਂ ਜੀ, ਕਦੇ ਨਹੀਂ ਕੀਤਾ। ਫੇਰ ਵੇਖ ਲਓ ਗੁਲਾਬੋ ਕਿੰਨੀ ਚੰਗੀ ਆ ਨਾ। ਬਹੁਤ ਜ਼ਿਆਦਾ ਜੀ, ਆਪਣੀ ਤਾਰੀਫ ਮੈਂ ਐਂ ਆਪੇ ਕਰਦੀ ਰਹਿੰਦੀ ਆ। ਤਾਂ ਹੀ ਦੇਖ ਲਓ ਤੁਹਾਡੀ ਚੜ੍ਹਾਈ ਹੈ ਜੀ, ਹੈ ਨਾ? ਤੁਸੀਂ ਚੜ੍ਹਾਈ ਹੋਈ ਆ, ਬਸ ਐਂ ਹੀ ਆ, ਕਦੇ ਮਾਨ ਹੀ ਨਹੀਂ ਕੀਤਾ। ਓਏ ਵਾਹ ਜੀ ਵਾਹ, ਕੀ ਬਾਤ ਹੈ। ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਓਕੇ ਜੀ, ਅਗਲੇ ਕਾਲਰ ਨੂੰ ਲੈਣੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਗੁਰਚਰਨ ਬੋਲਦੀ ਹਾਂ। ਕਿੱਥੋਂ? ਮੈਂ ਨੈੱਟ ਫੋਨ ਕਰਦੀ ਹਾਂ ਤੇ ਤੁਹਾਨੂੰ ਅਜੇ ਕਿੱਥੋਂ ਦਾ ਪਤਾ ਹੀ ਨਹੀਂ ਲੱਗਿਆ। ਓ, ਮੈਂ ਨਹੀਂ ਬਦਾਮ ਬਦੂਮ ਖਾਂਦੀ। ਅੱਛਾ, ਖਾ ਲਿਆ ਕਰੋ ਨੌਰਥ ਕੈਰੋਲਾਈਨਾ ਤੋਂ। ਪਤਾ ਆ ਮੈਨੂੰ, ਮੈਂ ਤਾਂ ਇਹ ਚਾਹੁੰਦੀ ਹਾਂ ਵੀ ਸਾਰੇ ਸੁਣ ਲੈਣ ਇੱਕ ਵਾਰੀ ਵੀ ਤੁਸੀਂ ਕਿੱਥੋਂ ਬੋਲਦੇ ਪਏ ਹੋ, ਮੈਨੂੰ ਤਾਂ ਤੁਹਾਡੀ ਆਵਾਜ਼ ਤੋਂ ਪਤਾ ਲੱਗ ਜਾਂਦਾ ਆ। ਅੱਛਾ ਅੱਛਾ, ਮੈਨੂੰ ਇਹ ਦੱਸੋ ਕੋਈ ਹਾਸੇ ਵਾਲੀ ਗੱਲ ਸੁਣਾ ਦਿਓ ਅੱਜ ਫਿਰ। ਹਾਂਜੀ, ਹਾਸੇ ਵਾਲਾ ਇੱਕ ਚੁਟਕਲਾ ਸੁਣਾ ਦਿੰਦੀ ਹਾਂ। ਬਿਲਕੁਲ ਬਿਲਕੁਲ, ਇਹ ਹੋਈ ਨਾ ਗੱਲ ਸੁਣਾਓ। ਇੱਕ ਦੋ ਫਰੈਂਡ ਸੀ ਵੀ, ਇੱਕ ਦੇ ਘਰ ਵਾਲੀ ਦੇ ਬਹੁਤ ਗੋਡੇ ਦੁਖਦੇ ਸੀ, ਉਹ ਡਾਕਟਰ ਕੋਲੇ ਜਾਂਦੀ ਹੁੰਦੀ ਸੀ, ਤੇ ਦੂਜਾ ਫਰੈਂਡਾਂ ਦਾ ਵੀ ਤੇਰੇ ਘਰ ਵਾਲੀ ਦੇ ਗੋਡੇ ਦੁਖਦੇ ਸੀ ਵੀ ਹੁਣ ਉਹ ਬਈ ਕਿੱਥੋਂ ਆਰਾਮ ਆਇਆ, ਮੈਨੂੰ ਉਹ ਡਾਕਟਰ ਦਾ ਨਾਂ ਦੱਸ ਦੇ। ਉਹ ਕਹਿੰਦਾ ਵੀ ਮੈਂ ਡਾਕਟਰ ਕੋਲੇ ਲੈ ਕੇ ਗਿਆ ਸੀ, ਡਾਕਟਰ ਕਹਿੰਦਾ ਇਹ ਬੁਢਾਪੇ ਦੀ ਨਿਸ਼ਾਨੀ ਆ, ਕਹਿੰਦਾ ਉਦੋਂ ਮੁੜ ਕੇ ਉਹਨੇ ਗੋਡਿਆਂ ਦੀ ਸ਼ਿਕਾਇਤ ਹੀ ਨਹੀਂ ਕੀਤੀ। ਅੱਛਾ ਅੱਛਾ, ਸਹੀ ਹੈ। ਹੋਰ ਹੋਰ ਕੋਈ ਚੁਟਕਲਾ? ਹੋਰ ਚੁਟਕਲਾ ਸੁਣਾ ਦਿੰਦੀ ਹਾਂ। ਇੱਕ ਲੇਡੀ ਗਈ ਉਹਦੀ ਬਤਾਊਆਂ ਦੀ ਰੇੜੀ ਕੋਲੇ, ਉਹ ਕਹਿੰਦੀ ਭਾਈ ਬਤਾਊ ਕਿਵੇਂ ਲਾਏ ਆ? ਕਹਿੰਦਾ ਚਿਣ ਚਿਣ ਕੇ। ਉਹ ਕਹਿੰਦੀ ਕਾਣੇ ਲੱਗਦੇ ਆ। ਕਹਿੰਦਾ ਤੈਂ ਅਖਬਾਰ ਪੜਾਉਣਾ? ਉਹ ਕਹਿੰਦੀ ਫਿਰ ਮੈਂ ਸਬਜ਼ੀ ਬਣਾਈ ਜੇ ਸਵਾਦ ਨਾ ਬਣੀ ਮੈਂ ਇੱਥੇ ਸਿੱਟ ਜੂ। ਕਹਿੰਦਾ ਦੋ ਰੋਟੀਆਂ ਵੀ ਫੜਾ ਜੀ ਨਾਲ। ਆ ਵਧੀਆ ਸੀ, ਇਹ ਕਿਸੇ ਹੋਰ ਦੀ ਗੱਲ ਸੀ ਜਾਂ ਤੁਹਾਡੀ ਗੱਲ ਤੇ ਨਹੀਂ ਸੀਗੀ? ਇੱਥੇ ਕਿੱਥੇ ਰੇੜੀਆਂ ਹੁੰਦੀਆਂ ਕਈ ਵਾਰ, ਕਿਉਂ ਪੰਜਾਬ ਚ ਤਾਂ ਹੁੰਦੀਆਂ।
ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਸੀਂ ਸਾਨੂੰ ਹਸਾਇਆ। ਮੈਂ ਜੇ ਇਹੀ ਵੇਖਣਾ ਕਿ ਕੌਣ ਕੌਣ ਗੁਲਾਬੋ ਨੂੰ ਹਸਾਉਂਦਾ। ਗੁਲਾਬੋ ਤਾਂ ਰੋਜ਼ ਸਾਰਿਆਂ ਨੂੰ ਹਸਾਉਂਦੀ ਰਹਿੰਦੀ ਹੈ। ਅਗਲੇ ਕਾਲਰ ਨੂੰ ਪੁੱਛਦੇ ਆ ਉਹ ਮੈਨੂੰ ਹਸਾਉਣ ਲਈ ਕਿਹੜਾ ਚੁਟਲਾ ਸੁਣਾਉਣਗੇ। ਥੈਂਕ ਯੂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਸੁਰਿੰਦਰ ਸਿੰਘ ਬੋਲਦਾ ਟਰੇਸੀ ਤੋਂ ਜੀ। ਓਕੇ ਜੀ, ਕੀ ਕਹਿਣਾ ਚਾਹੋਗੇ? ਕੀ ਪ੍ਰੋਗਰਾਮ ਚੱਲ ਰਿਹਾ ਜੀ? ਪ੍ਰੋਗਰਾਮ ਪ੍ਰੋਗਰਾਮ ਇਹ ਚੱਲ ਰਿਹਾ ਆ ਵੀ ਆਪਾਂ ਤੁਹਾਨੂੰ ਕਹਿ ਰਹੇ ਸੀਗੇ ਵੀ ਜ਼ਿੰਦਗੀ ਦੇ ਵਿੱਚ ਦੇਖੋ ਹਾਸਾ ਬਹੁਤ ਜ਼ਰੂਰੀ ਆ, ਹਨਾ? ਹਾਂਜੀ ਹਾਂਜੀ। ਤੇ ਮੈਂ ਅੱਜ ਸੋਚ ਰਹੀ ਸੀ ਕਿਉਂ ਨਾ ਮੈਂ ਤੁਹਾਨੂੰ ਹਸਾਵਾਂ, ਫਿਰ ਤੁਸੀਂ ਵੀ ਮੈਨੂੰ ਹਸਾਓ, ਕੋਈ ਚੁਟਕਲੇ ਸੁਣਾ ਦਿਓ ਜਾਂ ਫਿਰ ਤੁਹਾਡੇ ਨਾਲ ਕੋਈ ਐਸੀ ਫਨੀ ਚੀਜ਼ ਹੋਈ ਹੋਏ, ਕੋਈ ਐਸਾ ਇਨਸੀਡੈਂਟ ਹੋਇਆ ਹੋਏ ਜਿਹੜਾ ਤੁਸੀਂ ਸੁਣਾਉਣਾ ਚਾਹੋ। ਖੇਤੀ ਬਾਰੇ ਜਾਣਦੇ ਹੋ ਤੁਸੀਂ? ਜਾਣਦੀ ਆ। ਇੱਕ ਨਾ ਜੱਟ ਦਾ ਬਾਣੀਆਂ ਸੀਗੇ ਤਾਂ ਉਹਨੇ ਸਾਂਝੀ ਖੇਤੀ ਕਰ ਲਈ ਗੁਲਾਬੋ ਜੀ। ਅੱਛਾ। ਤੇ ਜੱਟ ਬਾਣੀਆਂ, ਜੱਟ ਕਹਿਣ ਲੱਗਾ ਬਈ ਉੱਪਰਲੀ ਫਸਲ ਮੇਰੀ ਤੇ ਥੱਲੇ ਵਾਲੀ ਤੇਰੀ, ਏਦਾਂ ਬੀਜ ਲਈ ਹੈ ਨਾ ਜੀ। ਅੱਛਾ। ਤੇ ਜੱਟ ਨੇ ਜਦੋਂ ਕਣਕ ਪੱਕੀ ਤਾਂ ਉੱਪਰੋਂ ਕਣਕ ਵੱਢ ਲਈ ਤੇ ਉਹ ਨਾਲੀ ਜੀ ਉਹ ਬਾਣੀਆਂ ਨੂੰ ਕਹਿੰਦਾ ਲੈ ਜਾ ਵੀ ਇਹ ਹੁਣ ਤੇਰੀ ਆ। ਫਿਰ ਉਹ ਕਹਿੰਦਾ ਬਈ ਹੁਣ ਮੈਂ ਥੱਲੇ ਵਾਲੀ ਲੈਣੀ ਆ ਫਸਲ, ਹੈ ਨਾ। ਜੱਟ ਕਹਿੰਦਾ ਬਾਣੀਆਂ ਕਹਿੰਦਾ ਮੈਂ ਉੱਪਰਲੀ ਲੈਣੀ ਆ। ਉਹਨੇ ਆਲੂ ਬੀਜ ਤੇ, ਜੱਟ ਆਲੂ ਪੱਟ ਕੇ ਲੈ ਗਿਆ, ਬਾਣੀਆਂ ਵਿਚਾਰਾ ਬੇਲਾਂ ਇਕੱਠੀਆਂ ਕਰਦਾ ਰਹਿ ਗਿਆ। ਸਹੀ ਹੈ। ਫਿਰ ਬਾਣੀਆਂ ਦਾ ਤੀਜੀ ਵਾਰੀ ਬਾਣੀਆਂ ਕਹਿੰਦਾ ਬਈ ਉੱਪਰਲੀ ਵੀ ਮੇਰੀ ਥੱਲੇ ਵਾਲੀ ਵੀ ਮੇਰੀ। ਜੱਟ ਨੇ ਛੱਲੀਆਂ ਬੀਜਤੀਆਂ, ਉਹ ਛੱਲੀਆਂ ਤੋੜ ਕੇ ਲੈ ਗਿਆ, ਬਾਣੀਆਂ ਵਿਚਾਰਾ ਟਾਂਡੇ ਇਕੱਠੇ ਕਰਦਾ ਰਹਿ ਗਿਆ। ਲੋਕ ਲੈਣਾ ਸੁਣਾਵਾਂ ਤੁਹਾਨੂੰ ਧੀਆਂ ਤੇ ਜੀ? ਬਿਲਕੁਲ ਬਿਲਕੁਲ ਸੁਣਾਓ ਜੀ। ਉਹ ਦੁਨੀਆਂ ਦੇ ਜ਼ਾਲਮ ਗੱਲ ਸੁਣੋ ਹਰ ਕੋਈ, ਗਰਭ ਚ ਧੀ ਨੂੰ ਮਾਰਨ ਵਾਲਿਓ ਅੱਖ ਨਾ ਤੁਹਾਡੀ ਰੋਈ, ਮੰਦਰ ਮਸਜਿਦ ਗੁਰਦੁਆਰੇ ਚ ਦਾਦ ਪੁੱਤਰ ਦੀ ਮੰਗਦੇ, ਪਰ ਇੱਕ ਅਜੀਬ ਦਾਸਤਾ ਹੈ ਕਿ ਧੀ ਨਾ ਮੰਗਦਾ ਕੋਈ। ਕੀ ਕਹਾਂ ਮੈਂ ਕੀ ਕਰਾਂ ਮੈਂ, ਮਾਹੀ ਧੀ ਦੀ ਦੁਸ਼ਮਣ, ਆਪੂ ਡਾਕਟਰ ਕੋਲ ਜਾ ਕੇ ਕੁੱਖ ਉਜੜੀ ਹੋਈ, ਪਿਤਾ ਵੀ ਕੋਲ ਹੀ ਬੈਠਾ ਬਣ ਕੇ ਵੱਡਾ ਕਾਤਲ, ਨਿੱਕੀ ਜਿਹੀ ਜਾਨ ਤਫਦੀ ਖੂਨ ਚ ਲਥਪਤ ਹੋਈ, ਖੁਸ਼ੀਆਂ ਨਾਲ ਨੇ ਝੂਮਦੇ ਲੋਕੀ, ਜੇ ਮੁੰਡਾ ਹੋ ਜਾਵੇ ਜਿਉਣ ਦੀ ਜੋ ਆਸ ਲਿਆਈ, ਮੌਤ ਦੀ ਨੀਂਦੇ ਸੋਈ। ਗੁਲਾਬੋ ਜੀ, ਮੌਤ ਦੀ ਨੀਂਦੇ ਸੋਈ। ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਾ, ਤੁਹਾਡਾ ਚੁਟਲਾ ਵੀ ਬਹੁਤ ਵਧੀਆ ਸੀਗਾ, ਤੇ ਜਿਹੜੇ ਤੁਸੀਂ ਇਹ ਸ਼ਬਦ ਬੋਲੇ ਆ ਜਿਹੜੇ ਬੋਲ ਬੋਲੇ ਉਹ ਵੀ ਬਹੁਤ ਵਧੀਆ ਸੀਗੇ ਜੀ। ਸ਼ੁਕਰੀਆ ਜੀ। ਸ਼ੁਕਰੀਆ ਗੁਲਾਬੋ ਜੀ, ਥੈਂਕ ਯੂ ਸੋ ਮਚ ਜੀ। ਅਗਲੇ ਕਾਲਰ ਨੂੰ ਪੁੱਛ ਰਹੀ ਹਾਂ ਵੀ ਉਹ ਕਿੱਦਾਂ ਹਸਾਉਣਗੇ ਮੈਨੂੰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਲਾਬੋ ਜੀ, ਕੀ ਹਾਲ ਹੈ ਤੁਹਾਡਾ? ਵਧੀਆ ਜੀ ਵਧੀਆ, ਤੁਸੀਂ ਸੁਣਾਓ? ਮੇਰਾ ਬਹੁਤ ਵਧੀਆ, ਲੌਂਗ ਵੀਕਐਂਡ ਆ ਗਿਆ ਹੈ ਹਨਾ। ਹਾਂਜੀ, ਤੇ ਇੱਥੇ ਅਮਰੀਕਾ ਵਿੱਚ ਤੇ ਬਹੁਤ ਖੁਸ਼ ਹੈਗੇ ਆ ਅਸੀਂ ਸਾਰ, ਠੀਕ ਠਾਕ ਹੋ, ਕੈਮ ਹੋ, ਸਾਰੇ ਖੁਸ਼ ਹੋ? ਚੁਟਕਲਾ ਸੁਣਾਵਾਂਗੀ, ਤੁਹਾਡੇ ਵਾਲ ਬੜੇ ਸੋਹਣੇ ਗੁਲਾਬੋ ਜੀ, ਪਹਿਲੀ ਗੱਲ ਤੇ ਥੈਂਕ ਯੂ ਸੋ ਮਚ ਜੀ, ਲੰਬੇ ਲੰਬੇ ਸੋਹਣੇ ਸੋਹਣੇ। ਚਲੋ ਮੈਂ ਤੁਹਾਨੂੰ ਨਾ ਵਾਲਾਂ ਤੇ ਚੁਟਕਲਾ ਸੁਣਾਵਾਂਗੀ, ਮਜ਼ਾਕ ਨੀ ਕਰਨਾ ਚਾਹੀਦਾ, ਕੋਈ ਗੱਲ ਨੀ ਚੱਲਦਾ ਆ। ਨਹੀਂ ਨਹੀਂ, ਮੈਂ ਤੁਹਾਨੂੰ ਮਜ਼ਾਕ ਨੀ ਕਰਦੀ, ਤੁਹਾਡੇ ਦੇ ਵਾਲ ਬਹੁਤ ਸੋਹਣੇ ਆ। ਕਿਸੇ ਦੇ ਨਾ ਵਾਲ ਸੀਗੇ, ਤਿੰਨ ਵਾਲ ਸੀਗੇ ਕਿਸੇ ਦੇ। ਅੱਛਾ ਅੱਛਾ। ਤੇ ਓਹਨੇ ਨਾ ਪਾਰਟੀ ਤੇ ਜਾਣਾ ਸੀ ਤੇ ਉਹ ਨਾ ਸੈਲੂਨ ਤੇ ਚਲੀ ਗਈ ਤੇ ਕਹਿੰਦੀ ਆ ਕਿ ਤੂੰ ਨਾ ਮੇਰਾ ਹੇਅਰ ਸਟਾਈਲ ਬਣਾ ਦੇ। ਹਾਂਜੀ, ਹੇਅਰ ਸਟਾਈਲ ਬਣਾ ਦੇ। ਤੇ ਉਹ ਜਦੋਂ ਹੇਅਰ ਸਟਾਈਲ ਓਹਦਾ ਬਣਾਉਣ ਲੱਗੀ ਤੇ ਓਹਦਾ ਨਾ ਇੱਕ ਵਾਲ ਟੁੱਟ ਗਿਆ ਤੇ ਉਹ ਕਹਿੰਦੀ ਚੱਲ ਤੂੰ ਨਾ ਮੇਰੀ ਗੁੱਤ ਕਰ ਦੇ। ਉਹ ਗੁੱਤ ਕਰਦਿਆਂ ਕਰਦਿਆਂ ਨਾ ਕਹਿੰਦੀ ਇੱਕ ਹੋਰ ਵਾਲ ਟੁੱਟ ਗਿਆ। ਨਹੀਂ, ਉਹ ਕਹਿੰਦੀ ਮੇਰਾ ਨਾ ਜੂੜਾ ਬਣਾ ਦੇ। ਉਹ ਜੂੜਾ ਬਣਾਉਂਦਿਆਂ ਬਣਾਉਂਦਿਆਂ ਇੱਕ ਵਾਲ ਹੋਰ ਟੁੱਟ ਗਿਆ ਤੇ ਉਹ ਮੁੜ ਕੇ ਕਹਿੰਦੀ ਵੀ ਲੈ ਵੀ ਹੁਣ ਤੇ ਇੱਕ ਰਹਿ ਗਿਆ ਤੇ ਕਹਿੰਦੀ ਕੋਈ ਨੀ ਮੈਂ ਖੁੱਲੇ ਹੀ ਛੱਡ ਕੇ ਜਾਊ। ਵਾਲਾਂ ਤੋਂ ਚੇਤਾ ਆਇਆ ਤੁਹਾਨੂੰ ਇਹ ਚੁਟਕਲਾ? ਲੈ ਓਹੀ ਨਾ ਮੈਂ ਕਿਹਾ ਕਿ ਇੰਜਰੀਆਂ ਵੀ ਆ ਗਈ ਵਾਰੀ ਆ ਨਾ, ਹੋ ਜਾਂਦਾ ਹੋ ਜਾਂਦਾ ਬਿਲਕੁਲ। ਉਹ ਕਹਿੰਦੀ ਮੈਂ ਖੁੱਲੇ ਹੀ ਛੱਡ ਕੇ ਚਲ ਜਾਂਦੀ। ਕੋਈ ਨੀ ਜੀ, ਉੱਗ ਜਾਣਗੇ ਵਾਲ, ਕੋਈ ਨਾ ਘਰ ਦੀ ਖੇਤੀ ਆ।
थैंक यू सो मच जी। आओ जी अगले कॉलर नु पुछदे हो किहड़ा चुटकला सुनाना चाहणगे जी मैनू। हेलो सत श्री अकाल, टीवी दी आवाज कट कर लो। हेलो सत श्री अकाल, कोई गल नहीं जी, नहीं गल करनी तो कोई चक्कर नहीं। आ हूँ टैक्नीकल प्रॉब्लम सी, मैंने लगता इन्होंने ना टीवी की आवाज़ नहीं सी कट की हुई। अज सिलसिला चल रहा सीगा जी हसण ते हसाउण दा। देखो मैं थानू रोज़ इत्थे आके हसाउनी आ ते अज मौका थोड़े कोल हैगा मैनू हसाउण दा, मैनू चुटकुले सुनाने या फिर थोड़ी लाइफ दे विच ऐसी कोई भी फनी चीज़। या फिर कई बार हुंदा मैनू हासा पता कदों आंदा, जदों कोई डिग जांदा आ ना ते मेरा हासा नहीं बंद हुंदा, हालांकि दूजे दा नुकसान होया हुंदा, उहनू सट भी लगी हुंदी आ, पर उह डिगदा ही इन्ने हासे वाली तरह नाल आ कि मेरा हासा नहीं ਹੁੰਦਾ, ਮੇਰਾ ਹਾਸਾ ਥੋੜ੍ਹਾ ਕੱਚਾ ਆ। ਅਤੇ ਕੋਈ ਗੱਲ ਨਹੀਂ ਜੀ, ਤੁਸੀਂ ਸੋਚ ਲਓ, ਤੁਸੀਂ ਯਾਦ ਕਰ ਲਓ ਚੁਟਕਲੇ, ਅਤੇ ਆਪਾਂ ਲੈਂਦੇ ਜੀ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ। ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਥੋੜ੍ਹਾ ਥੋੜ੍ਹਾ ਨਹੀਂ, ਬਹੁਤ ਜ਼ਿਆਦਾ ਹੱਸਣਾ ਚਾਹੀਦਾ ਆ। ਹੁਣ ਵੇਖ ਲਓ ਮੇਰੇ ਕਾਲਰਸ ਨੇ ਮੈਨੂੰ ਕਿੰਨਾ ਸਾਰਾ ਹਸਾਇਆ, ਉਹਨਾਂ ਨੇ ਮੈਨੂੰ ਚੁਟਕਲੇ ਸੁਣਾਏ, ਨਾਲੇ ਆਪਣੇ ਲਾਈਫ 'ਚ ਜੋ ਵੀ ਫਨੀ ਚੀਜ਼ਾਂ ਹੋਈਆਂ। ਕਈ ਵਾਰ ਕੀ ਹੁੰਦਾ ਆ ਆਪਾਂ ਪੰਗੇ ਲੈਂਦੇ ਹਾਂ, ਹੈ ਨਾ, ਕਈ ਵਾਰ ਦੋ ਬੰਦੇ ਖੜ੍ਹੇ ਹੁੰਦੇ ਨੇ, ਉਹਨਾਂ ਦੇ ਲੇਸਿਸ ਆਪਸ 'ਚ ਆਪਾਂ ਤਸਮੇ ਬੰਨ੍ਹ ਦਿੰਦੇ ਹਾਂ ਹਾਸੇ ਪਾਉਣ ਦੇ ਲਈ। ਅਤੇ ਕਈ ਵਾਰ ਕੀ ਹੁੰਦਾ, ਮੈਂ ਕੋਈ ਹਾਸੇ ਵਾਲੀ ਗੱਲ ਸੁਣਾਵਾਂ ਨਾ, ਕਿੰਨੀ ਦੇਰ ਲੱਗੀ ਰਹਾਂਗੀ ਹਾਸੇ ਵਾਲੀ ਗੱਲ ਸੁਣਾਉਣ, ਅਤੇ ਬਾਅਦ ਵਿੱਚ ਦੂਜਾ ਬੰਦਾ ਕਹਿੰਦਾ ਹੱਸਣਾ ਸੀਗਾ, ਹਾਸਾ ਪਾਇਆ ਤੂੰ, ਅਤੇ ਮਤਲਬ ਉਦੋਂ ਬੇਇੱਜ਼ਤੀ ਜੀ ਹੋ ਜਾਂਦੀ ਹੈ। ਪਰ ਕਈ ਵਾਰ ਹੁੰਦਾ ਆ ਵੀ ਆਪਾਂ ਹਾਸਾ ਪਾਉਣ ਦੀ ਕੋਸ਼ਿਸ਼ ਕਰਦੇ, ਨਹੀਂ ਪੈਂਦਾ ਤਾਂ ਵੀ ਬੇਇੱਜ਼ਤੀ ਹੋ ਜਾਂਦੀ ਹੈ। ਅਤੇ ਕਈ ਵਾਰ ਦੂਜਾ ਬੰਦਾ ਸਾਡਾ ਮਜ਼ਾਕ ਉਡਾ ਜਾਂਦਾ, ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੱਸੀ ਛੁਪੀ ਹੁੰਦੀ ਹੈ। ਅਤੇ ਪਰ ਤੁਸੀਂ ਧਿਆਨ ਰੱਖਣਾ ਹੈ, ਹੱਸੀ ਮਜ਼ਾਕ ਉਡਾਉਣਾ ਨਹੀਂ ਹੈ, ਮਜ਼ਾਕ ਕਰਨਾ ਆ ਜੀ। ਆਪਾਂ ਆਪਣੇ ਕਾਲਰਸ ਨਾਲ ਇਹੀ ਚੀਜ਼ਾਂ ਡਿਸਕਸ ਕਰਾਂਗੇ। ਹੁਣ ਥੋੜ੍ਹੇ ਦਿਨ ਪਹਿਲਾਂ ਮੇਰੇ ਨਾਲ ਕੀ ਹੋਇਆ, ਮੈਂ ਨਾ ਅੰਮ੍ਰਿਤਸਰ ਗਈ ਹੋਈ ਸੀਗੀ, ਉੱਥੋਂ ਦੀ ਮੈਂ ਜਾਣਾ ਸੀਗਾ ਆਪਣੇ ਘਰ ਪਠਾਨਕੋਟ। ਹੁਣ ਮੈਂ ਅੰਮ੍ਰਿਤਸਰ ਖੜ੍ਹੀ ਹਾਂ ਅਤੇ ਮੈਨੂੰ ਇੰਨੀ ਟੈਨਸ਼ਨ ਪਈ ਹੋਈ ਸੀਗੀ, ਕੰਮ ਤੋਂ ਮੈਂ ਆਈ ਸੀਗੀ ਅਤੇ ਮੈਂ ਅੰਮ੍ਰਿਤਸਰ ਖੜ੍ਹੀ ਹੋ ਕੇ ਉਹਨੂੰ ਟਿਕਟ ਵਾਲੇ ਨੂੰ ਕਹੀ ਜਾਂਦੀ ਪਈ ਹਾਂ, ਬਾਈ ਜੀ ਇੱਕ ਅੰਮ੍ਰਿਤਸਰ ਦੀ ਟਿਕਟ ਦੇਣਾ। ਉਹਨੇ ਫਿਰ ਪੁੱਛਿਆ, ਕਹਿੰਦੇ ਕਿੱਥੇ ਜਾਣਾ ਹੈ, ਮੈਂ ਕਿਹਾ ਅੰਮ੍ਰਿਤਸਰ ਦੀ ਟਿਕਟ ਦੇਣਾ। ਜਦੋਂ ਉਹਨੇ ਤੀਜੀ ਵਾਰੀ ਪੁੱਛਿਆ, ਕਹਿੰਦੇ ਕਿੱਥੇ ਜਾਣਾ ਆ, ਮੈਂ ਕਿਹਾ ਅੰਮ੍ਰਿਤਸਰ ਜਾਣਾ, ਤੈਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਣਾ ਆ। ਕਹਿੰਦੇ ਕਿੱਥੇ ਖੜ੍ਹੇ ਹੋ, ਪਾਕਿਸਤਾਨ? ਅਤੇ ਜਦੋਂ ਪੂਰੀ ਲੈਣ ਮੇਰੇ 'ਤੇ ਹੱਸਣ ਲੱਗ ਪਈ ਨਾ, ਫਿਰ ਮੈਨੂੰ ਜਾ ਕੇ ਸਮਝ ਲੱਗੀ ਵੀ ਮੇਰੀ ਬੇਇੱਜ਼ਤੀ ਹੋ ਗਈ। ਫਿਰ ਮੈਂ ਹੌਲੀ ਜਿਹੀ ਕਿਹਾ, ਬਾਈ ਜੀ ਪਠਾਨਕੋਟ ਦੀ ਟਿਕਟ ਦੇ ਦਿਓ ਇੱਕ। ਅਤੇ ਕਈ ਵਾਰ ਇੱਦਾਂ ਹੁੰਦਾ ਆ ਵੀ ਆਪਾਂ ਮਜ਼ਾਕ ਕਰਨਾ ਨਹੀਂ ਹੁੰਦਾ, ਪਰ ਮਜ਼ਾਕ ਬਣ ਜਾਂਦਾ ਸਾਡਾ। ਅਤੇ ਤੁਸੀਂ ਵੀ ਮੈਨੂੰ ਇਹੀ ਦੱਸਣਾ ਵੀ ਕਿੱਦਾਂ ਕਿੱਦਾਂ ਮਜ਼ਾਕ ਹੋਇਆ ਤੁਹਾਡਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਗੁਲਾਬੋ ਜੀ? ਵਧੀਆ ਜੀ, ਵਧੀਆ। ਕੌਣ ਬੋਲਦੇ? ਮੈਂ ਅਮਨਜੀਤ ਬਾਤ ਕਰ ਰਹਾ ਹੂੰ। ਓਕੇ, ਕਹਾਂ ਸੇ? ਮੈਂ ਕੈਨੇਡਾ ਸੇ ਬਾਤ ਕਰ ਰਹਾ ਹੂੰ ਜੀ। ਓਕੇ ਸਰ, ਕਿਆ ਕਹਿਣਾ ਚਾਹੇਂਗੇ? ਹਮ ਕਹਿਣਾ ਜੀ ਇਹ ਚਾਹੇਂਗੇ ਕਿ ਆਪਕਾ ਪ੍ਰੋਗਰਾਮ ਬਹੁਤ ਅੱਛਾ ਹੋਤਾ ਹੈ, ਹਮ ਦੇਖਤੇ ਹੈਂ। ਮੈਂ ਫਸਟ ਟਾਈਮ ਕਾਲ ਕਰ ਰਹਾ ਹੂੰ। ਥੈਂਕ ਯੂ ਸੋ ਮਚ। ਹਾਂਜੀ, ਤੋ ਆਪਕਾ ਟੌਪਿਕ ਬਹੁਤ ਅੱਛਾ ਹੈ ਜੀ, ਜੋ ਹੱਸਨੇ ਹਸਾਨੇ ਪੇ ਆਪ ਬਾਤ ਕਰ ਰਹੇ ਹੈਂ ਜੀ। ਤੋ ਮੈਂ ਆਪਕੋ ਇੱਕ ਚੁਟਕਲਾ ਸੁਣਾਤਾ ਹੂੰ। ਸੁਣਾਈਏ। ਚੁਟਕਲਾ ਤੋ ਕਿਆ ਹੈ ਵੈਸੇ, ਨੋਰਮਲ ਸਟੇਟੀ ਸੁਣ ਜੋ। ਕਿਆ ਹੈ ਕਿ ਇੱਕ ਜਗ੍ਹਾ ਨਾ ਹੋਸਪਿਟਲ ਕੇ ਬਾਹਰ ਲਿਖਾ ਹੋਤਾ ਹੈ, ਸਾਈਡ ਪੇ ਇੱਕ ਨਾ ਬੋਰਡ ਲਗਾ ਹੋਇਆ, ਵਹਾਂ ਕਿਰਪਾ ਯਹਾਂ ਨਾ ਥੁੱਕੇ, ਹੈ ਨਾ ਜੀ, ਕਿਰਪਾ ਯਹਾਂ ਮਤ ਥੁੱਕੇ। ਤੋ ਅੱਜ ਕੱਲ ਦੇਖਾ ਹੋਗਾ ਇੰਡੀਆ ਮਤਲਬ ਸਮੇ ਵਹੀਂ ਪਰ ਥੁੱਕੇਂਗੇ ਜਹਾਂ ਲਿਖਾ ਹੋਗਾ। ਯਹਾਂ ਕੂੜਾ ਫੈਂਕਨਾ ਮਨਾ ਹੈ, ਵਹੀਂ ਪੇ ਕੂੜਾ ਫੈਂਕਨਾ ਹਮਨੇ। ਹਾਂ ਹਾਂ, ਕਿਰਪਾ ਯਹਾਂ ਨਾ ਥੁੱਕੇ, ਤੋ ਵਹੀਂ ਪਰ ਥੁੱਕੇ। ਨੋ ਪਾਰਕਿੰਗ ਵਾਲੀ ਜਗ੍ਹਾ ਪੇ ਗਾੜੀ ਪਾਰਕ ਕਰ ਦੇਤੇ ਹੈ ਜੀ ਜੀ ਜੀ, ਚਲੋ ਮੈਂ ਸਿਖਾਉਣੀ ਆ। ਸਤਿ ਸ਼੍ਰੀ ਅਕਾਲ ਜੀ। ਹੁਣ ਤੁਸੀਂ ਨਾ ਜਦੋਂ ਸਾਡੇ ਰੈਗੂਲਰ ਕਾਲਰ ਬਣ ਜਾਣਾ, ਰੋਜ਼ ਫੋਨ ਕਰਿਆ ਕਰਨਾ ਸਾਨੂੰ। ਪੰਜਾਬੀ ਨੀ ਬੋਲਤੇ, ਪੰਜਾਬੀ ਬੰਦੇ ਕੇ ਸਾਥ ਯੇ ਸਬ ਹੋਤਾ ਹੈ। ਪੰਜਾਬੀ ਬੋਲੋਗੇ, ਪੰਜਾਬੀ ਜਬ ਬੋਲਤੇ ਨਾ ਤੋ ਯੂੰ ਯੂੰ ਹੰਸੀ ਨਿਕਲਤੀ ਹੈ। ਆਪ ਕਹਾਂ ਸੇ, ਕੈਨੇਡਾ ਮੇ ਕਹਾਂ ਰਹਿ ਰਹੇ? ਨਾ ਪੰਜਾਬੀ ਆਉਂਦੀ ਆ, ਨਵੇਂ ਨਵੇਂ ਗਏ ਹੋ, ਕੀ ਕਰਦੇ ਹੋ? ਹਾਂਜੀ, ਕੀ ਕਰਦੇ ਹੋ ਤੁਸੀਂ? ਮੈਂ ਸਟੱਡੀ ਕਰਦਾ, ਮੈਂ ਸਟੱਡੀ ਆਇਆ ਹਾਂ ਯਹਾਂ ਪੇ। ਅੱਛਾ ਅੱਛਾ ਜੀ,
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਇਹਨਾਂ ਨੇ, ਥੈਂਕ ਯੂ ਸੋ ਮਚ ਜੀ। ਇਹਨਾਂ ਨੇ ਆਪਣੇ ਤਰੀਕੇ ਨਾਲ ਦੱਸਿਆ ਵੀ ਹਾਸੇ ਕਈ ਵਾਰ ਨਾ ਨੋਰਮਲ ਲਾਈਫ 'ਚੋਂ ਵੀ ਨਿਕਲ ਜਾਂਦੇ। ਹੁਣ ਵਾਕਈ ਸਹੀ ਗੱਲ ਹੈ, ਕਿਤੇ ਲਿਖਿਆ ਹੁੰਦਾ ਨੋ ਪਾਰਕਿੰਗ, ਉੱਥੇ ਜਾ ਕੇ ਗੱਡੀ ਲਾ ਦਿਉ ਤਾਂ ਫਿਰ ਹਾਸੇ ਵਾਲੀ ਗੱਲ ਹੀ ਆ, ਹੈ ਨਾ, ਅਤੇ ਨਾਲੇ ਚਲਾਨ ਵੱਖਰਾ ਕਟੋ ਜਾਣਾ ਆ। ਕਿਤੇ ਲਿਖਿਆ ਹੁੰਦਾ ਇੱਥੇ ਕੂੜਾ ਸੁੱਟਣਾ ਮਨਾ ਆ ਤਾਂ ਉੱਥੇ ਕੂੜਾ ਸੁੱਟ ਦੋਗੇ ਤੁਸੀਂ, ਸਿਆਣੇ ਵਿਆਰੇ ਬੰਦੇ ਹੋ। ਜਿੱਥੇ ਲਿਖਿਆ ਹੁੰਦਾ ਇੱਥੇ ਥੁੱਕਣਾ ਮਨਾ ਆ ਉੱਥੇ ਤੁਸੀਂ ਥੁੱਕ ਦਿੰਦੇ ਹੋ, ਗਲਤ ਗੱਲ ਹੈ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ। ਹੈਲੋ, ਹੈਲੋ, ਟੀਵੀ ਦੀ ਆਵਾਜ਼ ਕੱਟ ਕਰੋ। ਹਾਂਜੀ, ਕਰਨੇ ਆ ਇੱਕ ਮਿੰਟ। ਕਿੰਨੇ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਮੈਨੂੰ ਆਗਿਆਕਾਰੀ ਜਿਹਾ ਜਵਾਬ ਦਿੱਤਾ। ਹਾਂਜੀ ਕਰ ਦਿੰਨੇ ਆ ਜੀ, ਕਰਤੀ। ਹਾਂਜੀ ਕਰਤੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਤੇਰੀ ਆਂਟੀ ਬੋਲਦੀ ਆ। ਮੇਰੀ ਆਂਟੀ? ਆਂਟੀ ਜੀ, ਹਾਂਜੀ, ਤੁਸੀਂ ਆਪਣਾ ਨਾਂ ਕਿਉਂ ਨਹੀਂ ਦੱਸਦੇ ਮੈਨੂੰ? ਮੇਰਾ ਨਾਂ ਹੈ ਨਹੀਂ। ਬੜੇ ਚਲਾਕ ਹੋ। ਅੱਛਾ, ਹੁਣ ਮੈਨੂੰ ਪਤਾ ਲੱਗਾ ਮੈਨੂੰ ਹਸਾਣ ਵਾਸਤੇ ਤੁਸੀਂ ਐ ਕਰੂੰਗੇ ਹੁਣ, ਹੈ? ਮੈਂ ਚੱਲ ਮੰਮੀ ਹੱਸ ਰਹੀ ਵੀ ਤੈਨੂੰ ਹਸਾ ਲਵਾਂ। ਬਿਲਕੁਲ ਬਿਲਕੁਲ, ਮੈਂ ਅੱਜ ਨਾ ਮੇਰਾ ਹੱਸਣ ਦਾ ਮੂਡ ਸੀਗਾ, ਮੈਂ ਕਿਹਾ ਐ ਕਰਦੀ ਹਾਂ, ਮੈਂ ਤਾਂ ਰੋਜ਼ ਹਾਸੇ ਪਾਉਂਦੀ ਰਹਿੰਦੀ ਹਾਂ, ਅੱਜ ਤੁਹਾਡੀ ਵਾਰੀ ਆ, ਮੈਨੂੰ ਤੁਸੀਂ ਹਾਸੇ ਵਾਲੀ ਗੱਲਾਂ ਸੁਣਾਉਣੀਆਂ ਆ, ਤਾਂ ਹੀ ਮੈਂ ਤੁਹਾਨੂੰ ਹਸਾਇਆ। ਫਿਰ ਤੁਹਾਡੀ ਮੈਨੂੰ ਲੱਗਦਾ ਤੁਸੀਂ ਵੀ ਮੇਰੇ ਵਾਂਗੂ ਨਾ, ਤੁਹਾਡਾ ਹਾਸਾ ਵੀ ਕੱਚਾ ਹੀ ਆ। ਮੈਨੂੰ ਵੀ ਨਾ ਹਾਸੇ ਵਾਲੀ ਗੱਲ ਕੋਈ ਹਾਲੇ ਅੱਧੀ ਸੁਣਾਈ ਹੁੰਦੀ ਕਿਸੇ ਨੇ, ਮੇਰਾ ਨਾਲ ਹੀ ਹਾਸਾ ਨਿਕਲ ਜਾਂਦਾ ਆ। ਮੇਰੀ ਸ਼ਕਲ ਨੀ ਪਿਆਰੀ ਲੱਗਦੀ? ਸ਼ਕਲ ਵੀ ਪਿਆਰੀ ਲੱਗਦੀ, ਇੰਨਾ ਪਿਆਰੀਆਂ ਸ਼ਕਲ ਵੀ ਪਿਆਰੀ। ਥੈਂਕ ਯੂ ਸੋ ਮਚ, ਤੁਸੀਂ ਇੰਨਾ ਪਿਆਰ ਕਰਦੇ ਹੋ ਮੈਨੂੰ, ਮੇਰੇ ਸ਼ੋਅ ਨੂੰ, ਮੈਨੂੰ ਬਹੁਤ ਵਧੀਆ ਲੱਗਦਾ ਆ। ਮੈਂ ਤਾਂ ਸਿਰਫ ਤੈਨੂੰ ਫੋਨ ਕੀਤਾ ਹੈ ਕਿ ਮੈਨੂੰ ਬੜੀ ਪਿਆਰੀ ਲੱਗਣੀ ਹੈ, ਤੇਰਾ ਸ਼ੋਅ ਮੈਨੂੰ ਬਹੁਤ ਵਧੀਆ ਲੱਗਦਾ ਹੈ, ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ। ਤਾਂ ਹੀ ਤੁਸੀਂ ਰੋਜ਼ ਫੋਨ ਕਰਦੇ ਹੋ ਕਿ ਮੈਂ ਤੁਹਾਡੇ ਨਾਲ ਬਹਿ ਕੇ ਗੱਪਾਂ ਮਾਰਾਂ, ਹੈ ਨਾ, ਹੈ ਨਾ। ਆ ਜਾ ਫਿਰ ਤੁਹਾਡੇ ਘਰ, ਕੇ ਦਿਨ ਬਹਿ ਕੇ ਮਾਵਾਂ ਧੀਆਂ ਗੱਲਾਂ ਕਰਾਂਗੇ। ਤੁਹਾਡੇ ਘਰ ਬੜਾ ਦੂਰ ਹੈ ਆਂਟੀ ਜੀ, ਬਹੁਤ ਦੂਰ ਆ। ਕੋਈ ਨਹੀਂ, ਦੂਰ ਮੈਂ, ਚਲੋ ਮੈਂ ਆਉਂਦੀ ਹਾਂ, ਮੈਂ ਕੋਸ਼ਿਸ਼ ਕਰਦੀ ਹਾਂ। ਅਤੇ ਇੱਥੇ ਕੌਣ ਰਹੂਗਾ ਫਿਰ? ਫਿਰ ਇੱਕ ਮਿਲ ਕੇ ਤੁਰ ਜੀ। ਅੱਛਾ, ਮਿਲ ਕੇ ਚੱਲ ਜੂੰਗੀ। ਐ ਕਰੀਓ ਵੀ ਮੈਂ ਉੱਥੇ ਨੂੰ ਆਉਣੀ ਤੁਹਾਡੇ ਘਰ, ਤੇ ਤੁਸੀਂ ਇੱਧਰ ਆ ਜਾਓ, ਗੱਲਾਂ ਵੀ ਆਂਟੀ, ਆ ਠੀਕ ਆ, ਗੱਲਾਂ ਵੀ ਆਂਟੀ ਜੀ, ਠੀਕ ਹੈ ਆਂਟੀ। ਮੈਨੂੰ ਤੁਸੀਂ ਚੁਟਕਲਾ ਸੁਣਾਓ, ਮੈਨੂੰ ਨਹੀਂ ਪਤਾ, ਮੈਂ ਹੱਸਣਾ ਆ। ਮੈਂ ਤਾਂ ਨੋਂ ਜੀ ਸਾਪਾ। ਗੱਲ ਤਾਂ ਤੁਹਾਡੀ ਸਹੀ ਆ। ਅੱਛਾ ਮੈਨੂੰ ਦੱਸੋ ਵੀ ਕਦੀ ਕਿਸੇ ਨੇ ਤੁਹਾਡੇ ਨਾਲ ਮਜ਼ਾਕ ਕੀਤਾ ਹੋਏ ਕੋਈ, ਦੱਸ ਦੋ, ਮੈਂ ਦੱਸਦਾ ਨਹੀਂ ਕਈ ਵਾਰੀ। ਮਜ਼ਾਕ ਕਰ ਵੀ ਲਈਦਾ ਵੇ ਕਈ ਵਾਰੀ। ਸੁਣਾਓ ਫਿਰ, ਸੁਣਨ ਨੂੰ ਬੈਠੇ ਆ। ਮੈਂ ਭੁੱਲ ਜਾਂਦੀ ਆ ਛੇਤੀ ਆਂਟੀ। ਝੂਠ ਵੀ ਬੋਲੂਗੇ ਹੁਣ ਤੁਸੀਂ? ਨਹੀਂ ਨਹੀਂ, ਮੈਂ ਝੂਠ ਨਹੀਂ ਬੋਲਦੀ। ਚਲੋ ਠੀਕ ਹੈ, ਕੋਈ ਗੱਲ ਨਹੀਂ, ਪਰ ਅਗਲੀ ਵਾਰੀ ਜਦੋਂ ਤੁਸੀਂ ਮੈਨੂੰ ਫੋਨ ਕਰਨਾ ਨਾ, ਤਾਂ ਝੂਠ ਮਾਰੀਦਾ, ਝੂਠ ਮਾਰੀਦਾ। ਨਹੀਂ ਆਂਟੀ, ਮੈਂ ਤੁਹਾਡੀ ਗੱਲ ਮੰਨ ਲਈ, ਮੈਨੂੰ ਪਤਾ ਤੁਸੀਂ ਸੱਚ ਬੋਲਦੇ ਹੋ। ਚਲੋ ਇੱਦਾਂ ਕਰਦੇ ਆ, ਅਗਲਾ ਬੰਦਾ ਜਿਹੜਾ ਫੋਨ ਕਰ ਰਿਹਾ ਉਹਨੂੰ ਪੁੱਛ ਲੈਂਦੇ ਆ ਵੀ ਉਹਨੇ ਕਿੱਦਾਂ ਹਸਾਉਣਾ ਮੈਨੂੰ, ਠੀਕ ਹੈ? ਚਲ ਪੁੱਛ। ਚੰਗਾ ਜੀ, ਅਗਲੇ ਕਾਲਰ ਨੂੰ ਪੁੱਛਦੇ ਹਾਂ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਲਖਵੀਰ ਸਿੰਘ ਬੋਲਦਾ ਜੀ, ਫ੍ਰਿਜ ਨਾਲ ਤੋਂ ਕੈਲੀਫੋਰਨੀਆ ਤੋਂ। ਓਕੇ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਸਰ ਤੁਹਾਨੂੰ ਅੱਜ ਦਾ ਟੌਪਿਕ ਪਤਾ ਆ? ਚੁਟਕਲਿਆਂ ਵਾਲਾ ਟੌਪਿਕ ਆ। ਹਾਂਜੀ ਹਾਂਜੀ ਹਾਂਜੀ, ਸੁਣਾ ਦਿਓ ਫਿਰ ਇੱਕ ਅੱਧਾ। ਇੱਕ ਚੁਟਕਲਾ ਸੁਣਾਉਣ ਲੱਗਿਆ। ਬਿਲਕੁਲ ਬਿਲਕੁਲ। ਤੇ ਇੱਥੇ ਡਾਕਟਰ ਖੜੇ ਸੀ ਦੋ। ਓਕੇ। ਇੱਕ ਬੰਦਾ ਲੰਗੜਾ ਲੰਗੜਾ ਤੁਰਿਆ ਆਉਂਦਾ ਸੀ। ਅੱਛਾ। ਉਹ ਦੋਏ ਡਾਕਟਰ ਆਪੋ ਵਿੱਚ ਹੀ ਕਹਿਣ ਲੱਗ ਗਏ। ਇੱਕ ਕਹਿੰਦਾ ਯਾਰ ਇਹਦੇ ਗਿੱਟੇ ਤੇ ਸੱਟ ਲੱਗੀ ਹੋਣੀ ਆ। ਓਕੇ। ਦੂਆ ਕਹਿੰਦਾ ਨਹੀਂ ਯਾਰ ਇਹਦੇ ਗੋਡੇ ਚ ਦਰਦ ਆ। ਚਲੋ ਹੌਲੀ ਹੌਲੀ ਉਹ ਲੱਗ ਆ ਗਿਆ। ਇੱਕ ਡਾਕਟਰ ਕਹਿੰਦਾ ਦੱਸ ਵੀ ਤੇਰੇ ਗਿੱਟੇ ਤੇ ਸੱਟ ਲੱਗੀ ਆ। ਦੂਆ ਕਹਿੰਦਾ ਨਹੀਂ ਵੀ ਤੇਰੇ ਗੋਡਾ ਦਾ ਤੇਰੀ ਅੱਡੀ ਤੇ ਗਿੱਟੇ ਤੇ ਸੱਟ ਲੱਗੀ। ਦੂਆ ਕਹਿੰਦਾ ਤੇਰੇ ਗੋਡੇ ਤੇ ਲੱਗੀ। ਕਹਿੰਦਾ ਨਹੀਂ ਭਰਾਵਾ ਮੇਰੀ ਤਾਂ ਚੱਪਲ ਦੀ ਬਦਰੀ ਟੁੱਟੀ ਹੋਆ। ਬਹੁਤ ਵਧੀਆ ਬਹੁਤ ਵਧੀਆ। ਤੇ ਇਹ ਮਤਲਬ ਕਿ ਉਹਨਾਂ ਨੇ ਆਪਣੇ ਦੇ ਹਿਸਾਬ ਨਾਲ ਆਈਡੀਆ ਲਾਇਆ, ਹਨਾ। ਥੈਂਕ ਯੂ ਸੋ ਮਚ ਜੀ, ਬੜਾ ਵਧੀਆ ਜਿਹਾ ਚੁਟਲਾ ਸੀਗਾ, ਥੈਂਕ ਯੂ ਸੋ ਮਚ ਮੈਨੂੰ ਹਸਾਉਣ ਵਾਸਤੇ। ਮੈਂ ਅੱਜ ਬਹੁਤ ਬੋਰ ਹੋ ਰਹੀ ਸੀਗੀ ਪਰ ਤੁਸੀਂ ਮੈਨੂੰ ਹਸਾਇਆ, ਥੈਂਕ ਯੂ ਸੋ ਮਚ ਜੀ। ਅਗਲੇ ਕਾਲਰ ਨੂੰ ਪੁੱਛਦੇ ਆ ਉਹ ਕਿੱਦਾਂ ਹਸਾਉਣਗੇ ਮੈਨੂੰ, ਸ਼ੁਕਰੀਆ। ਹੈਲੋ ਹੈਲੋ ਹੈਲੋ, ਤੁਸੀਂ ਟੀਵੀ ਦਾ ਵੋਲਿਊਮ ਕੱਟ ਕਰੋ। ਹੈਲੋ
ਆ ਛੋਟਾ ਜਿਹਾ ਬੱਚਾ ਸੀਗਾ, ਉਹਨੂੰ ਮੈਂ ਕਿਹਾ ਵੀ ਟੀਵੀ ਦੀ ਵੋਲਿਊਮ ਘੱਟ ਕਰੋ, ਉਹਨਾਂ ਨੇ ਟੀਵੀ ਹੀ ਬੰਦ ਕਰਤਾ ਜਾਂ ਫਿਰ ਫੋਨ ਹੀ ਰੱਖਤਾ। ਕੋਈ ਗੱਲ ਨਹੀਂ ਜੀ, ਹਾਸੇ ਇੱਦਾਂ ਵੀ ਕਈ ਵਾਰ ਹਾਸੇ ਪੈ ਜਾਂਦੇ ਨੇ, ਇੱਦਾਂ ਕਰਦੇ ਹਾਂ ਵੀ ਆਪਣੇ ਕਾਲਰਸ ਨੂੰ ਇੱਥੇ ਅੱਜ ਸਾਨੂੰ ਇੱਦਾਂ ਕਰਨਾ ਪੈਣਾ, ਸ਼ੋਅ ਦੀ ਸਮਾਪਤੀ ਕਰਨੀ ਪੈਣੀ, ਕਿਉਂਕਿ ਸਾਡੇ ਕਾਲਰਸ ਜਿਹੜੇ ਨੇ ਨਾ ਪੰਗੇ ਬਹੁਤ ਲੈਂਦੇ ਆ ਫੋਨ ਕਰਕੇ, ਕਦੀ ਟੈਕਨੀਕਲ ਪ੍ਰੋਬਲਮ ਦੱਸ ਦਿੰਦੇ ਨੇ, ਕਦੀ ਆਪ ਹੀ ਨਹੀਂ ਵੋਲਿਊਮ ਘੱਟ ਕਰਦੇ। ਹੁਣ ਗੁਲਾਬੋ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਦੱਸੋ ਮੈਨੂੰ, ਅੱਜ ਤੁਸੀਂ ਮੈਨੂੰ ਹਸਾਇਆ ਵੈਸੇ ਬਹੁਤ ਆ, ਪਰ ਅਗਲੀ ਵਾਰ ਫਿਰ ਮੈਂ ਇੱਦਾਂ ਕਰਾਂਗੀ ਕਿ ਨਵਾਂ ਜਿਹਾ ਟੌਪਿਕ ਲੈ ਕੇ ਆਵਾਂਗੀ ਜਿਹਦੇ ਵਿੱਚ ਹਾਸੇ ਖੂਬ ਸਾਰੇ ਹੋਣ, ਤਾਂ ਕਿ ਜਿਹੜਾ ਤੁਸੀਂ ਮੈਨੂੰ ਹਸਾਇਆ ਮੈਂ ਉਹਦਾ ਵੀ ਤਾਂ ਤੁਹਾਨੂੰ ਜਿਹੜਾ ਆ ਪੇ ਬੈਕ ਕਰਨਾ ਆ। ਅਤੇ ਇੱਦਾਂ ਕਰਾਂਗੇ ਹੁਣ ਅਗਲੀ ਵਾਰ ਨਵੇਂ ਟੌਪਿਕ ਅਤੇ ਨਵੀਂ ਡਿਸਕਸ਼ਨਸ ਦੇ ਨਾਲ ਤੁਹਾਨੂੰ ਹਸਾਵਾਂਗੇ, ਤੁਹਾਡਾ ਮਨੋਰੰਜਨ ਕਰਾਂਗੇ। ਅੱਜ ਲਈ ਦੋ ਇਜਾਜ਼ਤ ਗੁਲਾਬੋ ਨੂੰ ਯਾਨੀ ਕਿ ਸਲੋਨੀ ਸਰੀਨ ਨੂੰ। ਸਤਿ ਸ਼੍ਰੀ ਅਕਾਲ।